ਭਾਰਤੀ ਜਲ ਸੈਨਾ ਦੇ 1399 ਅਗਨੀ ਵੀਰਾਂ ਨੇ ਆਈ ਐਨ ਐਸ ਚਿਲਕਾ ਤੋਂ ਪਾਸ ਆਊਟ ਹੋ ਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਨ੍ਹਾਂ ਅਗਨੀ ਵੀਰਾਂ ਵਿੱਚ 214 ਮਹਿਲਾ ਅਗਨੀ ਵੀਰ ਵੀ ਸ਼ਾਮਲ ਨੇ। ਅਗਨੀ ਵੀਰਾਂ ਦੇ ਇਸ ਚੌਥੇ ਬੈਚ ਲਈ ਪਾਸਿੰਗ ਆਊਟ ਪ੍ਰੇਡ ਇੱਕ ਸ਼ਾਨਦਾਰ ਸਮਾਰੋਹ ਦੌਰਾਨ 16 ਹਫ਼ਤਿਆਂ ਦੀ ਸਖਤ ਸਿਖਲਾਈ ਨਾਲ ਸਮਾਪਤ ਹੋਈ। ਪਾਸਿੰਗ ਆਊਟ ਪ੍ਰੇਡ ਦੀ ਸਮਿਖਿਆ ਜਲ ਸੈਨਾ ਮੁਖੀ ਐਡਮiral ਦਿਨੇਸ਼ ਕੇ ਤ੍ਰਿਪਾਠੀ ਨੇ ਕੀਤੀ। ਇਸ ਸਮਾਰੋਹ ਵਿੱਚ ਜਲ ਸੈਨਾ ਉਪ ਮੁਖੀ ਵੀ ਸ਼੍ਰੀ ਨਿਵਾਸ ਫਲੈਗ ਅਫਸਰ ਕਮਾਂਡੈਂਟ ਇੰਚੀਫ ਅਤੇ ਵਾਈਸ ਐਡਮiral ਰਮੇਸ਼ ਪੇਂਡਾਕਰ ਵੀ ਮੌਜੂਦ ਸਨ ਸਮਾਰੋਹ ਵਿੱਚ ਮੁੱਖ ਮਹਿਮਾਨ ਨੇ ਪ੍ਰਤਿਭਾਸ਼ਾਲੀ ਅਗਨੀਵੀਰਾਂ ਤਗਮੇ ਅਤੇ ਟਰੋਫੀ ਪ੍ਰਦਾਨ ਕੀਤੀ